ਹਾਂਜੀ ਸਾਰਾ ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਜਿਹੜੇ ਪਸ਼ੂਆਂ ਦਾ ਭੱਖਦਾ ਮਸਲਾ, ਉਹ ਹੈਗਾ ਲਿਵਰ ਦੀ ਸਮੱਸਿਆਵਾਂ, ਜਿਗਰ ਦੀਆਂ ਸਮੱਸਿਆਵਾਂ ਜਿਹਨੂੰ ਕਹਿ ਦਿੰਦੇ ਹਾਂ। ਗਰਮੀਆਂ ਦੇ ਵਿੱਚ ਇਹ ਮਸਲੇ ਬਹੁਤ ਜ਼ਿਆਦਾ ਵੱਧ ਜਾਂਦੇ ਹੈ, ਔਰ ਅਕਸਰ ਕੀ ਹੁੰਦਾ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਟੋਟਕੇ ਕਰੀ ਜਾਂਦੇ ਪਰ ਅਸਲੀ ਮਸਲਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਹੈਗਾ। ਜਿੰਨੇ ਵੀ ਹੁਣ ਗਰਮੀਆਂ ਦੇ ਵਿੱਚ ਕੇਸ ਆਉਂਦੇ ਜਿੱਥੇ ਤੁਸੀਂ ਦੇਖਿਓ ਪਸ਼ੂ ਬਹੁਤ ਸੁੱਕਿਆ ਜਾਂ ਗੋਹਾ ਕਰਦੇ ਹੈ, ਮਤਲਬ ਕਿ ਗੋਹਾ ਬਹੁਤ ਜ਼ਿਆਦਾ ਸਖਤ ਹੋ ਜਾਂਦਾ ਜਾਂ ਗੋਹਾ ਬਹੁਤ ਜ਼ਿਆਦਾ ਨਰਮ ਹੋ ਜਾਂਦਾ, ਮੋਕ ਲੱਗ ਜਾਂਦੀ ਹੈ, ਗੋਹੇ 'ਚ ਜਾਲਾ ਆਉਂਦਾ ਬਹੁਤ ਜ਼ਿਆਦਾ, ਜਾਂ ਗੋਹੇ 'ਚ ਖੂਨ ਵੀ ਆਉਣ ਲੱਗ ਜਾਂਦਾ ਹੈਗਾ, ਜਾਂ ਜਿੱਥੇ ਵੀ ਤੁਸੀਂ ਦੇਖੋਗੇ ਇੱਕ ਬੜੀ ਖਾਸ ਗੱਲ ਹੈ, ਜਿੱਥੇ ਵੀ ਫਾਰਮਾਂ ਦੇ ਉੱਪਰ ਦੇਖਿਆ ਵੀ ਬੰਦਿਆਂ ਦੇ ਪੈਰ ਬਹੁਤ ਤਿਲਕਦੇ ਆ, ਮਤਲਬ ਕਿ ਗੋਹੇ 'ਚ ਮਿਊਕਸ ਇੰਨਾ ਜ਼ਿਆਦਾ ਆਉਂਦਾ ਵੀ ਪਸ਼ੂਆਂ ਦੇ ਵੀ, ਖਾਸ ਕਰਕੇ ਗਾਵਾਂ ਦੇ ਵੀ ਅਤੇ ਬੰਦਿਆਂ ਦੇ ਵੀ ਪੈਰ ਬਹੁਤ ਤਿਲਕਦੇ ਆ, ਉਹ ਵੱਡੇ ਖਤਰੇ ਦੀ ਘੰਟੀ ਹੁੰਦੀ ਹੈਗੀ। ਦੇਖੋ ਕੀ ਹੁੰਦਾ, ਲਿਵਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਬਹੁਤ ਸਾਰੇ ਲੋਕ ਕੀ ਕਰਦੇ ਆ, ਜਿਹੜਾ ਇਹਦਾ ਇਲਾਜ ਕਰਦੇ ਆ ਉਹ ਲਿਵਰ ਟੋਨਿਕ ਦੇ ਸਹਾਰੇ ਕਰਦੇ ਆ। ਕੰਪਨੀਆਂ ਲਿਵਰ ਟੋਨਿਕਾਂ ਦੇ ਵਿੱਚ ਬਹੁਤ ਮੋਟਾ ਕਮਾਈ ਕਰ ਰਹੀਆਂ ਮਸਲੇ ਹੱਲ ਕੀਤੇ ਬਿਨਾਂ। ਕਾਰਨ ਇਹਦਾ ਕੀ ਹੁੰਦਾ, ਕਾਰਨ ਇਹਦਾ ਮੇਨ ਹੈ, ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਸੀ, ਉਹ ਹੁੰਦਾ ਪਹਿਲਾ ਕਾਰਨ ਹੈਗਾ ਪੇਟ ਦਾ ਤੇਜ਼ਾਬੀਪਣ, ਸਬਕਿਊਟ ਰਿਮਿਨਲ ਐਸੀਡੋਸਿਸ। ਜਿਹੜੀ ਸਬਕਿਊਟ ਰਿਮਿਨਲ ਐਸੀਡੋਸਿਸ ਹੈ, ਪੇਟ ਦਾ ਤੇਜ਼ਾਬੀਪਣ ਹੈ, ਉਹ ਇਸ ਮੌਸਮ 'ਚ ਬਹੁਤ ਜ਼ਿਆਦਾ ਵੱਧ ਜਾਂਦਾ ਗਰਮੀਆਂ ਦੇ ਵਿੱਚ। ਕਿਉਂਕਿ ਦੇਖੋ ਪਹਿਲੀ ਗੱਲ ਇਹ ਹੈ, ਪਸ਼ੂ ਦੀ ਪਾਣੀ ਜਿਹੜੀ ਹੈਗੀ, ਪਾਣੀ ਦੀ ਉਪਲਬਧਤਾ ਜਾਂ ਪਾਣੀ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਵੱਧ ਜਾਂਦੀ ਹੈ, ਪਰ ਪਾਣੀ ਦੀ ਉਪਲਬਧਤਾ ਉਨੀ ਜ਼ਿਆਦਾ ਹੁੰਦੀ ਨਹੀਂ ਪਸ਼ੂ ਵਾਸਤੇ, ਠੰਡਾ ਪਾਣੀ ਪਸ਼ੂ ਨੂੰ ਉਨਾ ਜ਼ਿਆਦਾ ਮਿਲਦਾ ਨਹੀਂ ਜਿੰਨਾ ਮਿਲਣਾ ਚਾਹੀਦਾ। ਦੂਜੇ ਨੰਬਰ 'ਤੇ ਕੀ ਹੈ ਵੀ ਬਫਰ ਦੀ ਘਾਟ ਹੈ, ਸੋਡੀਅਮ ਪੋਟਾਸ਼ੀਅਮ ਜਿਹੜਾ ਹੈਗਾ ਪਸ਼ੂ ਨੂੰ, ਸੋਡੀਅਮ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਉਹਦੀ ਜ਼ਰੂਰਤ ਮੁਤਾਬਕ ਮਿਲਦਾ ਹੀ ਨਹੀਂ ਹੈਗਾ। 40-50 ਗ੍ਰਾਮ ਬਫਰ, ਮਤਲਬ ਲੋਕ ਕੀ ਸੋਚਦੇ ਵੀ ਅੱਧਾ ਕਿਲੋ ਮਿੱਠਾ ਸੋਡਾ ਪਾ ਲਿਆ ਉਹਦੇ ਵਿੱਚ ਫੀਡ ਦੇ ਵਿੱਚ, ਉਹ 'ਚ ਕੀ ਹੁੰਦਾ ਵੀ ਜੇ 10 ਕਿਲੋ ਪਸ਼ੂ ਫੀਡ ਖਾਂਦਾ ਤਾਂ 50 ਗ੍ਰਾਮ ਜਾਂਦਾ, ਜਦਕਿ ਜੇ ਪਸ਼ੂ 5 ਕਿਲੋ ਫੀਡ ਖਾਵੇ ਤਾਂ 100-125 ਗ੍ਰਾਮ ਜਿਹੜਾ ਹੈਗਾ ਉਹਨੂੰ ਮਿੱਠਾ ਸੋਡਾ ਅਤੇ ਮੈਗਨੀਸ਼ੀਅਮ ਆਕਸਾਈਡ 2:1 ਦੀ ਜਿਹੜੀ ਅਨੁਪਾਤ ਦੇ ਵਿੱਚ ਮਿਲਣਾ ਚਾਹੀਦਾ। ਤੀਜਾ ਇੱਕ ਵੱਡਾ ਕਾਰਨ ਹੈ ਜਿਹੜਾ ਅਸੀਂ ਅਕਸਰ ਅਣਗੌਲਿਆ ਕਰਦੇ ਹਾਂ, ਹਾਲਾਂਕਿ ਇੱਥੇ ਬਹੁਤ ਰੌਲਾ ਗੋਲਾ ਪੈਂਦਾ ਪਰ ਉਹਨੂੰ ਅਣਗੌਲਿਆ ਕੀਤਾ ਜਾਂਦਾ, ਹੈਗਾ ਐਫਲਾਟੋਕਸਿਨ। ਐਫਲਾਟੋਕਸਿਨ ਬਾਰੇ ਗੱਲ ਸਾਰੀਆਂ ਕੰਪਨੀਆਂ ਕਰਦੀਆਂ ਪਰ ਉਹਨਾਂ ਦਾ ਮਕਸਦ ਮੇਨ ਤੌਰ 'ਤੇ ਹੁੰਦਾ ਵੀ ਟੋਕਸਿਨ ਬਾਈਂਡਰ ਵੇਚਣ ਤੱਕ। ਐਫਲਾਟੋਕਸਿਨ ਜਿਹੜੇ ਹੈਗੇ ਮੇਨ ਇੱਕ ਕਾਰਨ ਹੈ ਜਿਹੜੇ ਲਿਵਰ ਡੈਮੇਜ ਕਰਦੇ ਆ, ਪਸ਼ੂ ਦਾ ਜਿਗਰ ਡੈਮੇਜ ਕਰਦੇ ਆ, ਜਿਗਰ ਦੀ ਸਮੱਸਿਆਵਾਂ ਜਿਹੜੀਆਂ ਕ੍ਰੀਏਟ ਕਰਦੇ ਆ। ਚੌਥੇ ਨੰਬਰ 'ਤੇ ਇੱਕ ਬਹੁਤ ਵੱਡਾ ਕਾਰਨ ਉਹ ਹੈਗੀਆਂ ਜਿਹੜੀਆਂ ਖੂਨੀ ਪਰਜੀਵੀ ਬਿਮਾਰੀਆਂ। ਖੂਨੀ ਪਰਜੀਵੀ ਬਿਮਾਰੀਆਂ ਵੀ ਜਿਹੜੀਆਂ ਹੈਗੀਆਂ, ਪਹਿਲੀ ਗੱਲ ਤਾਂ ਬਿਮਾਰੀ, ਦੂਜਾ ਬਿਮਾਰੀ ਦੇ ਵਿੱਚ ਅੰਧਾਧੁੰਦ ਦਵਾਈਆਂ ਦੀ ਵਰਤੋਂ, ਪੰਜਵਾਂ ਨੰਬਰ ਜਿਹੜਾ ਪੁਆਇੰਟ ਹੈ ਉਹ ਹੈਗਾ ਐਂਟੀਬਾਇਓਟਿਕਸ, ਜਿਹੜੇ ਐਂਟੀਬਾਇਓਟਿਕਸ ਦੀ ਅੰਧਾਧੁੰਦ ਵਰਤੋਂ, ਬਿਨਾਂ ਮਤਲਬ ਮਹਿੰਗੇ ਐਂਟੀਬਾਇਓਟਿਕਸ ਦੀ ਵਰਤੋਂ। ਸੋ ਇਹ 5 ਕਾਰਨ ਨੇ ਜਿਹਦੇ ਕਰਕੇ ਅਸੀਂ ਕੀ ਦੇਖਦੇ ਹਾਂ ਵੀ ਲਿਵਰ ਦੀਆਂ ਸਮੱਸਿਆਵਾਂ ਆ ਰਹੀਆਂ। ਹੁਣ ਹੱਲ ਕੀ ਹੈ, ਪਹਿਲਾ ਹੱਲ ਇਹੀ ਹੈ ਵੀ ਦੇਖੋ ਜਦੋਂ ਵੀ ਪਸ਼ੂ ਦੇ ਪੇਟ ਦਾ ਗੋਹਾ ਬਹੁਤ ਜ਼ਿਆਦਾ ਸਖਤ ਹੁੰਦਾ, ਗਰਮੀ ਜਿਹੜਾ ਖਾਸ ਕਰਕੇ ਹੁੰਦਾ, ਭਾਵੇਂ ਉਹ ਤੂੜੀ ਕਰਕੇ ਹੈ, ਭਾਵੇਂ ਉਹਦਾ ਕੋਈ ਵੀ ਕਾਰਨ ਹੈ, ਤਾਂ ਤੁਰੰਤ ਜਿਹੜਾ ਹੈਗਾ ਉਹਦਾ ਹੱਲ ਕਰੀਏ। ਉਹਦਾ ਹੱਲ ਕੀ ਹੈ, ਬਫਰ ਅਤੇ ਲਾਈਵ ਜੀਸਟ। ਬਫਰ ਅਤੇ ਲਾਈਵ ਜੀਸਟ ਬਾਰੇ ਸਾਡਾ ਹਾਲੇ ਵੀ ਗਿਆਨ ਉਹਨਾਂ ਨੇ ਜਿੰਨਾ ਹੋਣਾ ਚਾਹੀਦਾ, ਜਿਹੜੇ ਬਹੁਤ ਸਾਰੇ ਲੋਕ ਗੁਣੀ ਗਿਆਨੀ ਵੀ ਹੈਗੇ ਉਹਨਾਂ ਦੇ ਫਾਰਮਾਂ 'ਤੇ ਇਹਨੂੰ ਲਾਗੂ ਕਰਨ ਦੀ ਜਿਹੜੀ ਹੈਗੀ ਉਹ ਦਰ ਉਨੀ ਜ਼ਿਆਦਾ ਨਹੀਂ ਹੁੰਦੀ ਹੈਗੀ। ਮੰਨ ਲਓ ਸਹੀ ਉਹੀ ਹੈ ਜਿਹੜਾ ਲਾਗੂ ਕਰ ਰਿਹਾ, ਜਿੱਥੇ ਗੋਹੇ ਦੇ ਵਿੱਚ 1-1.5 ਇੰਚ ਦਾ ਟੋਆ ਪੈ ਰਿਹਾ,
ਦੂਜਾ ਹਲਕੇ ਲਾਈਵ ਜੀਸਟ, ਲਾਈਵ ਜੀਸਟ ਫੀਡ 'ਚ 100-200 ਗ੍ਰਾਮ ਪਾਉਣ ਨਾਲ ਕੁਛ ਨਹੀਂ ਹੋਣਾ, ਤੁਹਾਡੇ ਪਸ਼ੂ ਨੂੰ ਰੋਜ਼ ਦਾ 5-10 ਗ੍ਰਾਮ ਮਿਲਣਾ ਚਾਹੀਦਾ, ਚੰਗੀ ਕੁਆਲਿਟੀ ਦਾ ਹੋਵੇ ਤਾਂ 5 ਗ੍ਰਾਮ ਵੀ ਵਾਧੂ ਹੈ। ਔਰ ਤੀਜੀ ਚੀਜ਼ ਕੀ ਹੈ ਜਿਹੜੀ ਹੈਗੀ, ਉਹ ਹੈਗੀ ਐਫਲਾਟੋਕਸਿਨ। ਐਫਲਾਟੋਕਸਿਨ ਦਾ ਹੱਲ ਕੋਈ ਵੀ ਟੋਕਸਿਨ ਮਾਈਂਡਰ ਨਹੀਂ, ਉਹਦਾ ਹੱਲ ਇਹ ਹੈ ਸਹੀ ਕੁਆਲਿਟੀ ਦਾ ਪਾਣੀ, ਸਹੀ ਕੁਆਲਿਟੀ ਦੀ ਤੂੜੀ, ਸਹੀ ਕੁਆਲਿਟੀ ਦੀ ਫੀਡ, ਅਤੇ ਉਸ ਤੋਂ ਇਲਾਵਾ ਜੇ ਮੱਕੀ ਦਾ ਅਚਾਰ ਹੈ ਉਹ ਵਧੀਆ ਕੁਆਲਿਟੀ ਦਾ, ਨਹੀਂ ਤਾਂ ਨਹੀਂ ਮਸਲਾ ਹੱਲ ਹੋਣਾ ਹੈਗਾ। ਔਰ ਚੌਥੇ ਨੰਬਰ 'ਤੇ ਕੀ ਹੈ, ਜਿਹੜੀਆਂ ਖੂਨੀ ਪਰਜੀਵੀ ਬਿਮਾਰੀਆਂ ਨੇ, ਕਿਉਂਕਿ ਸਰੀਰ ਦਾ ਇੰਜਨ ਹੈ, ਇੰਜਨ ਨੇ ਇਹੋ ਜਿਹੀਆਂ ਬਿਮਾਰੀਆਂ 'ਚ ਬੈਠਣਾ ਹੀ ਹੁੰਦਾ, ਉਹਨਾਂ ਦਾ ਸਹੀ ਵਿਗਿਆਨਿਕ ਇਲਾਜ ਤਾਂ ਕਿ ਜਿਹੜਾ ਇੰਜਨ ਹੈ ਉਹ ਦੁਬਾਰਾ ਚੱਲਦਾ ਹੋ ਜਾਵੇ। ਉਹ ਮੇਨ ਹੈਗਾ ਵੀ ਪਸ਼ੂ ਦੀ ਗਲੂਕੋਜ਼ ਦੀ ਉਪਲਬਧਤਾ, ਜਿੰਨੀ ਦੇਰ ਤੱਕ ਪਸ਼ੂ ਰਿਕਵਰ ਨਹੀਂ ਹੁੰਦਾ ਉਹ ਸਹੀ ਰਹੇ, ਨਾ ਕਿ ਕੋਈ ਲਿਵਰ ਟੋਨਿਕ ਜਾਂ ਕੋਈ ਹੋਰ ਤਾਕਤ ਵਾਲੀਆਂ ਦਵਾਈਆਂ। ਔਰ ਪੰਜਵੇਂ ਨੰਬਰ 'ਤੇ ਕੀ ਹੈ, ਜਿਹੜੀ ਐਂਟੀਬਾਇਓਟਿਕ ਦੀ ਅੱਖਾਂ ਮੀਚ ਕੇ ਵਰਤੋਂ ਅਸੀਂ ਕਰ ਰਹੇ ਹਾਂ, ਇਹ ਹੁਣ ਲੰਬਾ ਸਮਾਂ ਚੱਲਣੀ ਨਹੀਂ, ਸਰਕਾਰ ਵੀ ਇਹਦੇ ਬਾਰੇ ਬਹੁਤ ਕੁਛ ਕਰੂਗੀ, ਪਰ ਇਹ ਸਾਨੂੰ ਬੰਦ ਕਰਨੀ ਪੈਣੀ ਹੈ। ਨੀਮ ਹਕੀਮ ਖਤਰਾ ਜਾਣਾ, ਬਹੁਤ ਸਾਰੇ ਫਾਰਮਰ ਕੀ ਹੈ ਵੀ 2 ਸਾਲ ਹੋ ਗਏ, 3 ਸਾਲ ਹੋ ਗਏ, 10 ਸਾਲ ਹੋ ਗਏ ਡੇਅਰੀ ਫਾਰਮਿੰਗ ਕਰਦਿਆਂ ਨੂੰ, 20-30-50 ਪਸ਼ੂ ਰੱਖੇ ਆ, ਅਤੇ ਲੋਕਾਂ ਨੂੰ ਇੱਦਾਂ ਲੱਗਦਾ ਵੀ ਡਾਕਟਰ ਹੀ ਬਣ ਗਏ ਆ। ਡਾਕਟਰ ਇਸ ਫੀਲਡ 'ਚ ਖੁਰਾਕ ਦਾ ਡਾਕਟਰ ਬਣਨਾ ਬਹੁਤ ਵੱਡੀ ਗੱਲ ਹੈ, ਅਸੀਂ ਵੀ ਹਾਲੇ ਉਸ ਰਾਹ 'ਤੇ ਹੀ ਹਾਂ, ਕੋਈ ਇਸ ਕੰਮ ਦੇ ਵਿੱਚ ਸੰਪੂਰਨ ਨਹੀਂ ਹੋ ਸਕਦਾ, ਪਰ ਗੱਲ ਇਹ ਹੈ ਵੀ ਸਾਨੂੰ ਸਾਡੀ ਦਿਸ਼ਾ ਜਿਹੜੀ ਹੈਗੀ ਉਹ ਸਹੀ ਹੋਣੀ ਜ਼ਰੂਰੀ ਹੈ। ਜੇ ਨਹੀਂ ਸਹੀ ਹੋਊਗੀ ਤਾਂ ਦੇਖੋ, ਮੈਂ ਹਰ ਵਾਰ ਕਹਿਣਾ ਹੁੰਦਾ ਇਹ ਬੜਾ ਲੰਬਾ ਵਿਸ਼ਾ ਹੈ, ਇਹ ਖੁਰਾਕੀ ਮਸਲੇ ਹੈ, ਇਹ ਖੁਰਾਕ ਨਾਲ ਹੀ ਹੱਲ ਹੋਣੇ ਹੈ, ਇਹ ਦਵਾਈਆਂ ਨਾਲ ਖਾਸ ਕਰਕੇ ਲਿਵਰ ਟੋਨਕਾਂ ਨਾਲ ਨਾ ਹੱਲ ਹੋਏ ਹੈ ਅਤੇ ਨਾ ਹੱਲ ਹੋਣੇ ਹੈ। ਠੀਕ ਹੈ ਜੀ, ਗੱਲਾਂ ਕਰਦੇ ਰਹਾਂਗੇ ਆਪਾਂ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।